वाहेगुरु
Yeah.
ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਸਾਰੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੁਰਤ ਦੁਆਰਾ ਆਪਣੇ ਗੁਰਦੇਵ ਜੀ ਨੂੰ ਨਮਸਕਾਰ ਕਰੀਏ। ਕੋਈ ਰਸਨਾ ਖਾਲੀ ਨਾ ਜਾਏ। ਸਾਰੀਆਂ ਸੰਗਤਾਂ ਪ੍ਰੇਮ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਇਸ ਪਾਵਨ ਸਥਾਨ ਤੇ ਚਾਰ ਰੋਜ਼ਾ ਗੁਰਮਤਿ ਸਮਾਗਮ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਸਨ। ਅੱਜ ਤੀਸਰੇ ਦੀਵਾਨ ਅੰਦਰ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੜੀ ਭਾਵਨਾ ਲੈ ਕੇ ਸ਼ਰਧਾ ਅਤੇ ਪਿਆਰ ਲੈ ਕੇ ਪਹੁੰਚੀਆਂ ਹਨ। ਆਪਾਂ ਸਾਰਿਆਂ ਨੇ ਮਿਲ ਕੇ ਕੀਰਤਨ ਗਾਇਆ ਸੁਣਿਆ ਹੈ। ਆਓ ਰਹਿੰਦੇ ਹੋਏ ਸਮੇਂ ਨੂੰ ਸਫਲਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜੀਏ। ਸਾਰੇ ਹੀ ਮਿਲ ਕੇ ਕੁਝ ਵਿਚਾਰ ਆਪਣੇ ਪਿਆਰੇ ਦੇ ਚਰਨਾਂ ਵਿੱਚੋਂ ਮੰਗੀਏ ਤਾਂ ਜੋ ਸਾਡਾ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਜਾਏ ਅਤੇ ਜਿਸ ਮਨੋਰਥ ਨੂੰ ਲੈ ਕੇ ਆਪਾਂ ਇਹ ਸਾਰਾ ਕਾਰਜ ਕਰ ਰਹੇ ਹਾਂ ਉਸ ਮਨੋਰਥ ਦੀ ਵੀ ਪੂਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਨਾਲ ਹੋ ਸਕੇ। ਵਿਚਾਰ ਦੀ ਰਮਤਾ ਤੋਂ ਪਹਿਲਾਂ ਕੋਈ ਰਸਨਾ ਵਾਂਝੀ ਨਾ ਰਹੇ। ਸਾਰੀਆਂ ਸੰਗਤਾਂ ਇੱਕ ਵਾਰੀ ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਪ੍ਰੇਮ ਦੀ ਡੋਰੀ ਵਿੱਚ ਹਿਰਦਿਆਂ ਵਿੱਚ ਪ੍ਰੇਰਨਾ ਭੇਜ ਕੇ ਪ੍ਰੀਤ ਦੀ ਡੋਰੀ ਪਾ ਕੇ ਆਪਣੇ ਦਰਸ਼ਨ ਕਰਵਾਏ ਨੇ। ਸੰਗਤ ਵਿੱਚ ਬੈਠਣ ਦਾ ਸੁਭਾਗਾ ਅਵਸਰ ਮਿਲਿਆ ਹੈ। ਆਓ ਆਪਣੇ ਹੀ ਮਨ ਦੇ ਨਾਲ ਵਿਚਾਰ ਕਰੀਏ ਕਿ ਮਨਾ ਸਤਿਗੁਰੂ ਦੇ ਪ੍ਰੇਮ ਦਾ ਸਾਗਰ ਹੈ, ਪ੍ਰੇਮ ਦਾ ਠਾਠਾ ਮਾਰਦਾ ਹੋਇਆ ਦਰਿਆ ਹੈ। ਕੀ ਤੁਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਦਾ ਹੋਇਆ ਕੇਵਲ ਪ੍ਰੇਮ ਦੀ ਖਾਤਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਹੈ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ
ਉਹਨਾਂ ਰੂਹਾਂ ਦਾ ਜ਼ਿਕਰ ਕੀਤਾ ਹੈ ਆਸਾ ਕੀ ਵਾਰ ਦੇ ਅੰਦਰ, ਜਿਨ੍ਹਾਂ ਦੀ ਸਾਰੀ ਘਾਲਣਾ ਇਸ ਮਨੋਰਥ ਤੇ ਕੇਂਦਰਿਤ ਹੈ ਕਿ ਜਿਹਦੇ ਬਾਰੇ ਅਸੀਂ ਸੁਣ ਰਹੇ ਹਾਂ, ਜਿਹਦੇ ਗੁਣ, ਜਿਸ ਦੀਆਂ ਵਡਿਆਈਆਂ, ਜਿਸ ਦੀ ਉਸਤਤ ਗਾਈ ਅਤੇ ਸੁਣਾਈ ਜਾ ਰਹੀ ਹੈ, ਅਸੀਂ ਉਹਨੂੰ ਆਪਣੇ ਦੀਦਿਆਂ ਨਾਲ, ਆਪਣੇ ਨੇਤਰਾਂ ਨਾਲ ਦੇਖਣਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਹੁਣੇ ਭਾਈ ਸਾਹਿਬ ਹੋਰਾਂ ਤੋਂ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਸਨ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਅੰਦਰ ਉਹ ਲੋਕ ਵੀ ਹਨ ਜਿਨ੍ਹਾਂ ਦੀ ਅਵਸਥਾ ਇਹ ਬਣ ਗਈ। ਕਹਿੰਦੇ ਉਹ ਪਿਆਰੇ ਦੇ ਰੰਗ ਦੇ ਵਿੱਚ ਬੜੀ ਸਾਦਗੀ ਨਾਲ ਜਿਉਂਦੇ ਹਨ। ਧਿਆਨ ਦੇਣਾ ਗੁਰੂ, ਉਹਨਾਂ ਦੇ ਜੀਵਨ ਦਾ ਰੰਗ ਢੰਗ ਬੜਾ ਸਾਦਾ ਜਿਹਾ, ਆਮ ਜਿਹਾ, ਸਧਾਰਨ ਜਿਹਾ ਨਜ਼ਰ ਆਉਂਦਾ ਹੈ, ਪਰ ਉਹਨਾਂ ਦਾ ਟੀਚਾ ਕੀ ਹੈ? ਏਮ ਆਫ ਦਾ ਲਾਈਫ, ਉਹਨਾਂ ਦੇ ਜੀਵਨ ਦਾ ਮਿਸ਼ਨ ਕੀ ਹੈ? ਉਹਨਾਂ ਨੇ ਆਪਣੀ ਮੰਜ਼ਿਲ ਕਿਸ ਨੂੰ ਨਿਸ਼ਚਿਤ ਕੀਤਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ੍ਹਾਂ ਦੇ ਕੱਪੜੇ ਬੜੇ ਸਾਦੇ ਜੇ, ਪੁਰਾਣੇ ਜੇ, ਪਾਟੇ ਵੀ ਹੋ ਸਕਦੇ ਨੇ, ਪਰ ਜਿਨ੍ਹਾਂ ਦਾ ਦਿਲ ਰੇਸ਼ਮ ਵਰਗਾ ਕੋਲਾ ਹੈ, ਸੈਂਸਿਟਿਵ ਹੈ, ਜਿਨ੍ਹਾਂ ਨੇ ਦਿਲ ਦੇ ਟੁਕੜੇ ਨੂੰ ਧੋ ਲਿਆ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੁੱਲੇ ਸ਼ਾਹ ਨੇ ਆਖਿਆ ਸੀ ਨਾ, ਸਾਡੇ ਤਿੰਨ ਮਨ ਸਰੀਰ ਨੂੰ ਧੋਂਦਾ ਹੈ, ਤੀਰਥਾਂ ਤੇ ਜਾ ਕੇ ਨਹਾਉਂਦਾ ਹੈ, ਇੱਕ ਛੋਟੇ ਜਿਹੇ ਦਿਲ ਦੇ ਟੁਕੜੇ ਨੂੰ ਨਹੀਂ ਧੋ ਸਕਿਆ। ਸਾਰੀ ਜ਼ਿੰਦਗੀ ਲੰਘ ਚੱਲੀ ਹੈ, ਦਿਲ ਵਿੱਚੋਂ ਮੈਲ ਨਹੀਂ ਗਈ। ਉਸ ਦਿਨ ਤੇਰਾ ਪੂਰਾ ਇਸ਼ਨਾਨ ਹੋ ਜਾਏਗਾ ਜਿਸ ਦਿਨ ਤੇਰਾ ਦਿਲ ਰੱਬ ਦੇ ਪ੍ਰੇਮ ਦੇ ਸਾਗਰ ਵਿੱਚ ਡੁੱਬੀ ਲਾ ਕੇ ਨਹਾ ਲਵੇਗਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਅਗਲੀ ਪੰਕਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਨਿਹੋ ਲੱਗਾ, ਉਹਨਾਂ ਨੂੰ ਪਿਆਰ ਲੱਗ ਗਿਆ, ਪਿਆਰ ਲੱਗ ਜਾਣਾ ਤੇ ਪਿਆਰ ਦੀਆਂ ਗੱਲਾਂ ਕਰਨੀਆਂ, ਇਹਦੇ ਵਿੱਚ ਬੜਾ ਫਰਕ ਹੈ। ਪਿਆਰ ਲੱਗ ਜਾਣਾ ਤੇ ਪਿਆਰ ਦੀਆਂ ਸਾਖੀਆਂ ਸੁਣਾਉਣੀਆਂ ਤੇ ਸੁਣਨੀਆਂ, ਇਹਦੇ ਵਿੱਚ ਬੜਾ ਫਰਕ ਹੈ। ਪਿਆਰ ਕਿੰਨਾ ਨੂੰ ਲੱਗਦਾ ਹੈ, ਪ੍ਰੇਮ ਕਿੰਨਾ ਹਿਰਦਿਆਂ ਵਿੱਚ ਜਾਗਦਾ ਹੈ, ਉਹਨਾਂ ਨੂੰ ਪਹਿਲਾਂ ਆਪਣੇ ਹਿਰਦੇ ਆਪਣੇ ਗੁਰੂ ਦੇ ਸ਼ਬਦ ਦੇ ਸਾਹਮਣੇ ਕਰਕੇ, ਇਹਨਾਂ ਹਿਰਦਿਆਂ ਨੂੰ ਮੋਮ ਬਣਾ ਕੇ, ਇਹਨਾਂ ਮਨਾਂ ਨੂੰ ਕਠੋਰਤਾ ਵਿੱਚੋਂ ਬਾਹਰ ਕੱਢ ਕੇ, ਗੁਰੂ ਦੇ ਸ਼ਬਦ ਸੁਣ ਕੇ ਪਿਘਲਾ ਕੇ, ਕੂਲੇ ਕਰਕੇ, ਸੈਂਸਿਟਿਵ ਬਣਾ ਕੇ, ਜਦੋਂ ਸਤਿਗੁਰੂ ਦੇ ਸਨਮੁਖ ਲਿਆ ਕੇ ਵਾਰ ਵਾਰ ਗੁਰੂ ਦੇ ਬਚਨਾਂ ਨੂੰ ਸੁਣਿਆ, ਕੀਰਤਨ ਰੂਪ ਵਿੱਚ ਸੁਣਿਆ, ਪਾਠ ਰੂਪ ਵਿੱਚ ਸੁਣਿਆ, ਇਹ ਬਚਨ ਤੀਰ ਬਣ ਕੇ, ਬਾਣ ਬਣ ਕੇ ਹਿਰਦੇ ਨੂੰ ਵਿੰਨ ਕੇ ਲੈ ਗਏ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ, ਜਿਉਂ ਤ੍ਰਿਖਾ ਬੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਵੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀ। ਤਿੰਨ ਨਿਹੋ ਲੱਗਾ ਰੱਬ ਸੇਤੀ, ਉਹਨਾਂ ਨੂੰ ਪ੍ਰੇਮ ਲੱਗ ਗਿਆ। ਪ੍ਰੇਮ ਜਿਨ੍ਹਾਂ ਨੂੰ ਲੱਗ ਜਾਂਦਾ ਨਾ ਗੁਰਮੁਖੋ, ਸੱਚਾ ਪ੍ਰੇਮ, ਉਹ ਪ੍ਰੇਮ ਦੀ ਗ੍ਰਿਫਤ ਵਿੱਚ, ਪ੍ਰੇਮ ਦੇ ਹੀ ਕੈਦੀ ਬਣ ਕੇ ਸਦਾ ਵਾਸਤੇ ਉਹਦੇ ਦਰਬਾਰ ਦੇ ਮੰਗਤੇ ਬਣ ਕੇ ਰਹਿ ਜਾਂਦੇ ਨੇ।
ਅਜੇ ਪ੍ਰੇਮ ਆਪਾਂ ਨੂੰ ਲੱਗਿਆ ਨਹੀਂ, ਪ੍ਰੇਮ ਦੀਆਂ ਗੱਲਾਂ ਆਪਾਂ ਸੁਣੀਆਂ ਤੇ ਨੇ ਉੱਪਰੋਂ ਉੱਪਰੋਂ, ਉਹ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਡੇਹੋ ਲੱਗਾ ਰੱਬ ਸੇਤੀ। ਕਾਹਦੇ ਵਾਸਤੇ? ਨੇ ਲੱਗਦੇ ਗਿਆ, ਪ੍ਰੇਮ ਲੱਗਦੇ ਗਿਆ, ਪਰ ਅੱਗੇ ਕੀ ਕਰਨਾ ਚਾਹੁੰਦੇ ਨੇ? ਉਹ ਬਾਣੀ ਪੜ੍ਹਦੇ ਨੇ, ਗੁਰਦੁਆਰਾ ਸਾਹਿਬ ਜਾਂਦੇ ਨੇ, ਧਰਮ ਕਮਾਉਂਦੇ ਨੇ, ਸੇਵਾ ਕਰਦੇ ਨੇ, ਨਿਤਨੇਮ ਕਰਦੇ ਨੇ, ਮਨੁੱਖਤਾ ਦੀ ਸੇਵਾ ਕਰਦੇ ਨੇ, ਪਰ ਸਾਰਾ ਕੁਝ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਇੱਕ ਵਿਚਾਰ ਚੱਲਦੀ ਹੈ। ਉਹ ਵਿਚਾਰ ਕਿਹੜੀ ਹੈ? ਦੇਖਣੇ ਵਿਚਾਰ। ਮੇਰੇ ਮਾਲਕਾ, ਮੇਰੇ ਪ੍ਰੀਤਮਾ, ਮੈਂ ਜਿਉਂਦੇ ਜੀ ਆਪਣੀ ਅੱਖਾਂ ਦੇ ਦੀਵੇ ਬਾਲ ਕੇ ਘੱਟ ਘੱਟ ਵਿੱਚ ਇੱਕ ਵਾਰੀ ਤੈਨੂੰ ਦੇਖ ਲਵਾਂ, ਇਸ ਕਰਕੇ ਤੇਰੇ ਨਾਲ ਪ੍ਰੇਮ ਲੱਗ ਗਿਆ। ਤੂੰ ਅਜੇ ਤੱਕ ਦਿਸਿਆ ਨਹੀਂ, ਪਰ ਮੈਂ ਹੁਣ ਇਹ ਕੁਝ ਕਰ ਰਿਹਾ ਹਾਂ, ਇਹ ਘਾਲਣਾ ਘਾਲਦਾ ਹਾਂ ਕਿ ਮੇਰੇ ਮਾਲਕਾ ਮੈਨੂੰ ਤੇਰੇ ਦਰਸ਼ਨ ਵੀ ਹੋ ਜਾਣ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਾਰੇ ਪੜ੍ਹੀਏ ਪ੍ਰੇਮ ਨਾਲ, ਇਹ ਪ੍ਰੇਮ ਨਿਉ ਬਣ ਜਾਏ ਤੇ ਪ੍ਰੇਮ ਨਿਹੋ ਬਣ ਕੇ ਸਾਨੂੰ ਵੀ ਇਸ ਕੰਮ ਤੇ ਲਾ ਦੇਵੇ ਕਿ ਆਪਾਂ ਪਿਆਰੇ ਜੀ ਦੇ ਦਰਸ਼ਨ ਕਰਨੇ ਹਨ, ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਤੂੰ ਚਾਹ ਸੱਜਣ ਮੈਂਡਿਆ ਡੇਈ ਸਿਸ ਉਤਾਰ। ਅੱਗੇ ਸਾਰੇ ਪੜ੍ਹਿਓ ਪਿਆਰ ਦੇ ਨਾਲ ਜੀ। ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ, ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ, ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ, ਤਰਸ ਦੇ ਕਦ ਪਸੀ ਦੀਦਾਰ, ਕਦ ਪਸੀ ਦੀਦਾਰ, ਤਰਸ ਦੇ ਕਦ ਪਸੀ ਦੀਦਾਰ, ਨੈਣ ਮਹੰਜੇ ਕਦ ਪਸੀ ਦੀਦਾਰ, ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ, ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ, ਨੈਣ ਮਹੰਜੇ ਤਰਸ ਦੇ ਪਸੀਦਾਰ।
ਨੈਣ ਮਹੰਜੇ ਤਰਸਦੇ ਕਦ ਪੱਸੀ ਦੀ ਦਾਤ ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਉਹਨਾਂ ਦੇ ਅੰਦਰ ਸਦਾ ਇਹੀ ਵਿਚਾਰ ਘੁੰਮਦੇ ਨੇ ਇਹੀ ਫੁਰਨੇ ਉੱਠਦੇ ਨੇ ਇਹੀ ਤਮੰਨਾ ਜਾਗਦੀਆਂ ਨੇ ਕਿ ਆਪਣੇ ਪਿਆਰੇ ਦੇ ਵਾਹਿਗੁਰੂ ਦੇ ਦਰਸ਼ਨ ਕਿਵੇਂ ਕਰਾਂ ਕਿਵੇਂ ਹੋਣ ਉਹਦਾ ਮਿਲਾਪ ਕਿਵੇਂ ਹੋਵੇ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਬੋਲਦੇ ਨੀ ਗੁਰੂ ਬੋਲਿਆ ਕਰੋ ਇਹ ਵੇਲਾ ਬੋਲਣ ਦਾ ਹੈ ਕੁਝ ਥਾਵਾਂ ਚੁੱਪ ਕਰਨ ਦੀਆਂ ਹੁੰਦੀਆਂ ਨੇ ਕੁਝ ਬੋਲਣ ਦੀਆਂ ਨੇ ਅੱਜ ਦੇ ਆਪਣੇ ਵਿਸ਼ੇ ਵਿੱਚ ਇਹ ਵਿਚਾਰ ਅੱਗੇ ਜਾ ਕੇ ਆਏਗੀ ਆਪਾਂ ਨੀਂਹ ਰੱਖ ਰਹੇ ਹਾਂ ਜਿਹਦੇ ਉੱਤੇ ਕੁਝ ਬਣਾਇਆ ਜਾ ਸਕੇ ਨਵਾਂ ਉਸਾਰਿਆ ਜਾ ਸਕੇ ਜਿਨ੍ਹਾਂ ਦੇ ਅੰਦਰ ਨੇਹ ਪੈਦਾ ਹੋ ਗਿਆ ਪਿਆਰ ਪੈਦਾ ਹੋ ਗਿਆ ਉਹ ਦਰਸ਼ਨਾਂ ਦੀ ਤਾਂਘ ਵਿੱਚ ਤੁਰ ਪਏ ਇੱਕ ਉਪਰਾ ਉਪਰਾ ਪਿਆਰ ਵੀ ਹੁੰਦਾ ਹੈ ਉਪਰਾ ਪਿਆਰ ਗੱਲਾਂ ਬਾਤਾਂ ਵਾਲਾ ਪਿਆਰ ਉਹ ਆਉਂਦੇ ਨੇ ਦੇਖਦੇ ਨੇ ਮੁੜ ਜਾਂਦੇ ਨੇ ਜੇ ਮੰਗਾਂ ਪੂਰੀਆਂ ਹੋ ਗਈਆਂ ਤੇ ਸਭ ਕੁਝ ਠੀਕ ਹੈ ਜੇ ਕੁਝ ਨਹੀਂ ਮਿਲਿਆ ਤੇ ਮਨ ਵਿੱਚ ਉਲਾਂਭੇ ਦੀ ਸੋਚ ਆ ਜਾਂਦੀ ਬਾਬਾ ਫਰੀਦ ਜੀ ਨੇ ਇਸ ਤਰ੍ਹਾਂ ਦੇ ਪ੍ਰੇਮ ਤੇ ਨੇਹ ਦੀ ਗੱਲ ਵੀ ਕੀਤੀ ਬੜੇ ਧਿਆਨ ਨਾਲ ਸੁਣੇ ਫਰੀਦਾ ਜਾਂ ਲੱਭ ਤਾਂ ਨਿਹੋ ਕਿਹਾ ਜੇ ਤੇਰੇ ਮਨ ਦੇ ਅੰਦਰ ਲੋਭ ਹੈ ਜਿੱਥੇ ਲੋਭ ਹੈ ਉੱਥੇ ਪ੍ਰੇਮ ਹੋ ਹੀ ਨਹੀਂ ਸਕਦਾ ਪ੍ਰੇਮ ਤੇ ਵਾਰਦਾ ਹੈ ਸਾਰਾ ਕੁਝ ਪ੍ਰੇਮ ਮੰਗਦਾ ਕੁਝ ਨਹੀਂ ਹੈ ਅਸਲ ਵਿੱਚ ਜਿਹੜਾ ਗੁਰੂ ਦਾ ਪਿਆਰਾ ਹੈ ਨਾ ਗੁਰੂ ਦਾ ਪ੍ਰੇਮੀ ਕਹਿ ਲਈਏ ਉਹ ਮੰਗੇਗਾ ਕਿ ਕਿਉਂਕਿ ਪ੍ਰੇਮੀ ਤੇ ਬਣਿਆ ਹੀ ਉਦੋਂ ਜਾਂਦਾ ਹੈ ਜਦੋਂ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਵੇਚ ਦਿੱਤਾ ਜਾਏ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਏ ਫਰੀਦਾ ਜਾਂ ਲੱਭ ਤਾਂ ਨਿਹੋ ਕਿਹਾ ਜਾਂ ਲੱਭ ਤਾਂ ਕੂੜਾ ਨਿਹੋ ਜੇ ਮਨ ਵਿੱਚ ਗਰਜਾਂ ਹਨ ਮੰਗਾਂ ਵਾਲਾ ਪਿਆਰ ਹੈ ਲੈਣ ਦੇਣ ਵਾਲਾ ਪਿਆਰ ਹੈ ਤਾਂ ਕੂੜਾ ਨਿਹੋ ਕੂੜਾ ਨਿਹੋ ਝੂਠਾ ਪਿਆਰ ਕਹਿੰਦੇ ਝੂਠੇ ਪਿਆਰ ਵਾਲੇ ਬੜੀ ਛੇਤੀ ਮੁੱਖੜੇ ਮੋੜ ਜਾਂਦੇ ਨੇ ਆਪਣਾ ਵੀ ਕਿਤੇ ਇਹ ਹਾਲਤ ਨਹੀਂ ਉਪਰੋਂ ਉਪਰੋਂ ਜੁੜੇ ਹੋਈਏ ਤੇ ਅੰਦਰੋਂ ਮੁੜੇ ਹੋਈਏ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਤੇ ਗੁਰੂ ਦੀ ਪਰਖ ਜਾਂ ਗੁਰੂ ਦੇ ਪਿਆਰਿਆਂ ਦੀ ਪਰਖ ਕਰਨ ਵਾਸਤੇ ਤਾਂ ਨਹੀਂ ਆ ਰਹੇ ਗੁਰਦੁਆਰੇ ਜਾਂ ਸਾਨੂੰ ਸੱਚਾ ਨਿਹੋ ਸੱਚਾ ਪ੍ਰੇਮ ਲੈ ਕੇ ਆਇਆ ਹੈ ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਕੂੜਾ ਲੱਭ ਵਾਲਾ ਪਿਆਰ ਹੈ ਉਹ ਬਹੁਤੇ ਦਿਨ ਨਹੀਂ ਟਿਕਦੇ ਜਿਵੇਂ ਇੱਕ ਟੁੱਟੀ ਹੋਈ ਛੱਪਰੀ ਦੇ ਵਿੱਚ ਪੈਂਦੀ ਹੋਈ ਬਰਸਾਤ ਵਿੱਚ ਕੋਈ ਬੰਦਾ ਬਹੁਤੇ ਦਿਨ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਝੂਠਾ ਪਿਆਰ ਕਰਨ ਵਾਲਾ ਵੀ ਬਹੁਤੇ ਦਿਨ ਇੱਥੇ ਟਿਕ ਨਹੀਂ ਸਕਦਾ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿੱਚਰ ਝੱਤ ਲੰਘਾਈਏ ਛੱਪਰ ਟੁੱਟੈ ਮੇਹ ਕਹਿੰਦੇ ਕਿੰਨੇ ਕੁ ਦਿਨ ਲੰਘਣਗੇ ਛੱਤ ਵਿੱਚ ਤੇ ਮੋਰੀਆਂ ਹੋਈਆਂ ਪਈਆਂ ਨੇ ਪਾਣੀ ਦੀਆਂ ਬੂੰਦਾਂ ਤਰਪ ਤਰਪ ਕਰਕੇ ਚੋਰੀਆਂ ਨੇ ਇੱਕ ਦੋ ਦਿਨ ਤੇ ਪਾਸੇ ਬਦਲ ਕੇ ਬੰਦਾ ਕੱਢ ਲਵੇਗਾ ਵੱਲ ਛਲ ਕਰਕੇ ਝੱਤ ਕੱਢ ਲਵੇਗਾ ਸੰਗਤ ਵਿੱਚ ਆ ਕੇ ਮੋਢੇ ਮਾਰ ਕੇ ਚਲਾ ਜਾਏਗਾ ਪਰ ਬਹੁਤੇ ਦਿਨ ਨਹੀਂ ਆਏਗਾ ਫਿਰ ਕਹੇਗਾ ਕੀ ਲਾਭ ਹੈ ਉੱਥੇ ਜਾਣ ਦਾ ਕੀ ਫਲ ਹੈ ਘਰ ਬੈਠੋ ਘਰ ਬੈਠ ਕੇ ਹੀ ਆਪਣਾ ਜਨਮ ਸਫਲਾ ਹੋ ਸਕਦਾ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਏਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰੰਗਿਆ ਹੋਇਆਂ ਦਾ ਜੀਵਨ ਨਹੀਂ ਹੈ ਰੰਗਿਆ ਹੋਇਆਂ ਦਾ ਜੀਵਨ ਇਹ ਹੈ ਰੱਤੇ ਸਹੀ ਜੇ ਮੁੱਖ ਨਾ ਮੁੜਨ ਦਿਨੀ ਸੰਜਾਤਾ ਸਾਈ ਝੜ ਝੜ ਪਵਨ ਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ
ਚੜ ਗਏ ਜੁੜੇ ਸੀ ਪਰ ਹਵਾ ਦਾ ਇੱਕੋ ਹੀ ਬੁੱਲਾ ਆਇਆ ਚੜ ਗਏ ਦੁੱਖਾਂ ਦਾ ਇੱਕੋ ਹੀ ਬੁੱਲਾ ਆਇਆ ਚੜ ਗਏ ਕਿਸੇ ਮਨਮੁੱਖ ਨਿੰਦਕ ਦੀ ਇੱਕੋ ਵਾਰੀ ਗੱਲਬਾਤ ਸੁਣੀ ਤੇ ਚੜ ਗਏ ਟੁੱਟ ਗਏ ਆਪਣੇ ਅਸਲ ਮਿਸ਼ਨ ਨਾਲੋਂ ਨਿਸ਼ਾਨੇ ਨਾਲੋਂ ਤੁਰੇ ਨਾਲੋਂ ਉਹਨਾਂ ਦੇ ਵਿੱਚ ਰਸ ਨਾ ਭਰ ਸਕਿਆ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਾਹਿਬ ਜੀ ਸਾਨੂੰ ਨੇਹ ਲਗਾਓ ਸਾਡੇ ਅੰਦਰ ਪ੍ਰੇਮ ਜਗਾਓ ਸਾਡੇ ਅੰਦਰ ਪ੍ਰੀਤ ਪੈਦਾ ਕਰੋ ਕਿਉਂਕਿ ਇਹ ਦਾਤ ਤੁਹਾਡੇ ਆਪਣੇ ਹੱਥ ਵਿੱਚ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਹੱਥ ਵਿੱਚ ਸਾਡੇ ਹੱਥ ਵਿੱਚ ਹੁੰਦੀ ਤੇ ਅਸੀਂ ਕਦੋਂ ਦੀ ਤੇਰੇ ਨਾਲ ਸੱਚੀ ਪ੍ਰੀਤ ਜੋੜ ਲੈਂਦੇ ਪਰ ਜੁੜਦੀ ਨਹੀਂ ਮਨ ਖੜਦਾ ਨਹੀਂ ਬੜੀ ਜਲਦੀ ਡਾਵਾਂ ਡੋਲ ਹੋ ਜਾਂਦਾ ਹੈ ਸਾਹਿਬ ਜੀ ਕਰੋ ਕਿਰਪਾ ਕਰੋ ਬਖਸ਼ੀ ਸਾਡੇ ਅੰਦਰ ਸੱਚੀ ਪ੍ਰੀਤ ਦਾ ਬੀਜ ਬੀਜ ਦਿਓ ਪਿਛਲੇਰੇ ਸਮਾਗਮਾਂ ਤੋਂ ਜਿਹੜੀਆਂ ਸੰਗਤਾਂ ਹਾਜ਼ਰ ਹੋ ਰਹੀਆਂ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪੁੱਛ ਪੁੱਛ ਕੇ ਤੁਰਨ ਦਾ ਯਤਨ ਕਰ ਰਹੇ ਹਾਂ ਭਗਤ ਕਬੀਰ ਜੀ ਦੇ ਇੱਕ ਵਚਨ ਦੇ ਉੱਤੇ ਆਪਣੀ ਵਿਚਾਰ ਕੇਂਦਰਿਤ ਹੋ ਕੇ ਚੱਲ ਰਹੀ ਹੈ ਭਗਤ ਜੀ ਕਹਿੰਦੇ ਕਬੀਰ ਪਾਣੀ ਹੋਆ ਤਾਂ ਕਿਹਾ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਰੱਬ ਦਾ ਪਿਆਰਾ ਰੱਬ ਵਰਗਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਰੱਬੀ ਸੁਭਾਅ ਰੱਬੀ ਗੁਣ ਹੋਣੇ ਚਾਹੀਦੇ ਹਨ ਰੁਕਾਵਟਾਂ ਕਿੱਥੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਰਾਗ ਦੇ ਵਿੱਚੋਂ ਆਪਾਂ ਇੱਕ ਸ਼ਬਦ ਲੈ ਕੇ ਤੁਰ ਰਹੇ ਹਾਂ ਲੱਭ ਕੁੱਤਾ ਕੂੜ ਚੂੜਾ ਠੱਕ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉੱਤਮ ਸੇਧਰ ਉੱਤਮ ਕਹੀਐ ਨੀਚ ਕਰਮ ਬਹਿ ਰੋਏ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਇੱਥੋਂ ਤੱਕ ਵਿਚਾਰ ਆਪਾਂ ਕੀਤੀ ਸੀ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਇੱਕ ਹੋਰ ਵਚਨ ਸਾਡੇ ਨਾਲ ਕਰਦੇ ਨੇ ਜੋ ਬਹੁਤ ਵੱਡੀ ਰੁਕਾਵਟ ਹੈ ਰੂਹਾਨੀਅਤ ਦੇ ਜੀਵਨ ਵਿੱਚ ਰੂਹਾਨੀਅਤ ਦਾ ਜੀਵਨ ਧਿਆਨ ਦੇਣਾ ਗੁਰਮੁਖੋ ਗੱਲਾਂ ਦਾ ਗਿਆਨ ਦਾ ਜੀਵਨ ਅਲੱਗ ਹੈ ਰੂਹਾਨੀਅਤ ਦਾ ਜੀਵਨ ਅਲੱਗ ਹੈ ਲਿਵ ਦਾ ਜਿਹੜਾ ਪਾਸਾ ਨਾ ਲਿਵ ਦਾ ਸੁਰਤ ਦਾ ਰੂਹਾਨੀਅਤ ਦਾ ਸਪਿਰਚੁਅਲਿਟੀ ਦਾ ਉਹ ਵੱਖਰਾ ਹੈ ਉਹ ਕੇਵਲ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਨਹੀਂ ਤੇ ਗੱਲਾਂ ਵਾਲੇ ਗੱਲਾਂ ਕਰ ਕਰਕੇ ਮੁੜ ਜਾਂਦੇ ਨੇ ਉੱਥੇ ਨਹੀਂ ਪਹੁੰਚ ਸਕਦੇ ਅੱਗੇ ਮੇਰੇ ਬਾਬਾ ਜੀ ਬਚਨ ਕਰਦੇ ਨੇ ਬਾਬਾ ਬੋਲਿਆ ਪਤ ਹੋਏ ਇੱਥੇ ਰੁਕ ਕੇ ਆਪਾਂ ਕੁਝ ਵਿਚਾਰਾਂ ਲੈਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਜ਼ਬਾਨ ਤੋਂ ਉਹੋ ਜਿਹੇ ਬੋਲ ਬੋਲ ਜਿਨ੍ਹਾਂ ਬੋਲਾਂ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਤੈਨੂੰ ਇੱਜ਼ਤ ਮਿਲੇ ਮਾਣ ਮਿਲੇ ਤੇਰਾ ਸਤਿਕਾਰ ਹੋਵੇ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹੀ ਤੇ ਬੋਲ ਨਹੀਂ ਹੁੰਦੇ ਗੁਰਮੁਖੋ ਇਹੀ ਤੇ ਜਪਿਆ ਨਹੀਂ ਜਾਂਦਾ ਸੰਗਤ ਵਿੱਚ ਆ ਕੇ ਜਿਹਦੇ ਨਾਲ ਰੱਬ ਦੇ ਘਰ ਦੇ ਵਿੱਚ ਪੱਤ ਮਿਲਣੀ ਸੀ ਇੱਜ਼ਤ ਮਿਲਣੀ ਸੀ ਸਤਿਕਾਰ ਮਿਲਣਾ ਸੀ ਉਹ ਕੁਝ ਤੇ ਜਪਿਆ ਨਹੀਂ ਗਿਆ ਤਿੰਨ ਦਿਨ ਰੱਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਵਿੱਚ ਰੱਖ ਕੇ ਅਖੰਡ ਪਾਠ ਕਰਾਓ ਕਰੋ ਸੁਣੋ ਸੇਵਾ ਕਰੋ ਸੱਤ ਦਿਨ ਰੱਖੋ ਮਹੀਨਾ ਰੱਖੋ ਚਾਰ ਮਹੀਨੇ ਰੱਖੋ ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਿਦਿਆ ਕਰਨ ਲੱਗੋਗੇ ਨਾ ਵਿਦਿਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਤਾ ਕੀ ਕਹਿਣਗੇ ਮੇਰੇ ਪਿਆਰਿਓ ਮੈਂ ਚੱਲਿਆ ਹੁਣ ਮੈਂ ਬੜੇ ਦਿਨ ਰਿਹਾ ਤੁਹਾਡੇ ਘਰ ਮੇਰੇ ਬਹੁਤ ਸਾਰੇ ਬਚਨ ਤੁਸੀਂ ਸੁਣੇ ਹੋਣਗੇ ਪਿਆਰ ਕੀਤਾ ਹੋਏਗਾ ਮੇਰੇ ਬਚਨਾਂ ਨਾਲ ਬਹੁਤ ਕੁਝ ਵਿਚਾਰਿਆ ਹੋਏਗਾ ਬੜੇ ਸਵਾਲ ਕੀਤੇ ਹੋਣਗੇ ਬੜੇ ਸੰਸੇ ਨਿਵਿਰਤ ਹੋਏ ਹੋਣਗੇ
ਪਰ ਕਹਾਣੀ ਇੱਦਾਂ ਨਹੀਂ ਜੀ ਮੁੱਕਣੀ। ਕਹਾਣੀ ਕਿੱਦਾਂ ਮੁੱਕਣੀ ਹੈ, ਲੇਖਾ ਕਿਵੇਂ ਮੁੱਕਣਾ ਹੈ, ਸੁਰਖਰੂ ਕਿਵੇਂ ਹੋਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਲੱਗੇ। ਫਿਰ ਕਹਿੰਦੇ ਨੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਭ ਤੋਂ ਆਖਰੀ ਪੰਕਤੀਆਂ ਇਹੀ ਬੜੀਆਂ ਜਾਣੀਆਂ ਹੈ। ਨਾਮ ਜਪੋਗੇ ਤੇ ਛੁਟਕਾਰਾ ਹੋਣਾ, ਨਾਮ ਸਿਮਰੋਗੇ ਤਾਂ ਗੱਲ ਬਣਨੀ ਹੈ, ਉਦਾਂ ਨਹੀਂ ਬਣਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਬੋਲਿਆ ਪਤ ਹੋਏ ਆ ਗੁਰੂ ਦੇ ਕੋਲ, ਤੂੰ ਉਦਾਂ ਦੇ ਬੋਲ ਬੋਲਣੇ ਸਿੱਖ। ਕਿੱਦਾਂ ਦੇ ਬੋਲ? ਭਗਤ ਕਬੀਰ ਜੀ ਨੂੰ ਪੁੱਛੀਏ, ਭਗਤ ਜੀ ਨੇ ਬੜੇ ਵਿਸਥਾਰ ਦੇ ਨਾਲ ਇਸ ਵਸਤਾ ਦਾ ਸਪਸ਼ਟੀਕਰਨ ਕਰ ਦਿੱਤਾ। ਬਿਲਕੁਲ ਜਿਹੜਾ ਅੰਧੇਰਾ ਸੀ, ਧੁੰਦ ਸੀ, ਉਹ ਬਿਲਕੁਲ ਲਾਂਭੇ ਕਰਕੇ ਨਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਸਾਰਾ ਕੁਛ। ਭਗਤ ਕਬੀਰ ਜੀ ਕਹਿੰਦੇ ਕਿਹਦੇ ਨਾਲ ਬੋਲ? ਸਭ ਤੋਂ ਪਹਿਲਾਂ ਇਹ ਸੋਚ ਕਿ ਮੈਂ ਬਹੁਤੀ ਵਾਰੀ ਕਿਹਦੇ ਨਾਲ ਬੋਲਾਂ। ਸਾਰੇ ਬੜੇ ਪਿਆਰ ਦੇ ਨਾਲ ਉਹਨਾਂ ਦਾ ਇੱਕ ਬਚਨ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ, ਸੰਤ ਮਿਲੈ ਕਿਛ ਸੁਣੀਐ ਕਹੀਐ, ਸੰਤ ਮਿਲੈ ਸੁਣੀਐ ਕਹੀਐ, ਸੰਤ ਮਿਲੈ ਕਿਛ ਸੁਣੀਐ ਕਹੀਐ, ਕਿਛ ਸੁਣੀਐ ਕਹੀਐ। ਕੋਈ ਰੱਬ ਦਾ ਪਿਆਰਾ ਮਿਲ ਜੇ, ਕਿਉਂਕਿ ਸੰਤ ਸ਼ਬਦ ਨਾਲ ਤੇ ਸਾਨੂੰ ਐਲਰਜੀ ਪੈਦਾ ਕਰ ਦਿੱਤੀ ਗਈ। ਚਲੋ ਆਪਾਂ ਇਹ ਕਹਿ ਲਈਏ ਕੋਈ ਰੱਬ ਦਾ ਪਿਆਰਾ ਮਿਲੇ, ਕਿਉਂਕਿ ਉਹਦੀ ਮੁਲਾਕਾਤ ਤੇ ਆਪਾਂ ਸਾਰੇ ਮੰਗਦੇ ਹਾਂ ਨਾ, ਸਹੀ ਪਿਆਰੇ ਮੇਲ। ਬੋਲੋ ਸਾਰੇ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਭਗਤ ਕਬੀਰ ਜੀ ਕਹਿੰਦੇ ਸੰਤ ਮਿਲੇ, ਸਾਰਿਆਂ ਨੂੰ ਨਹੀਂ ਮਿਲਦਾ, ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਸਾਰੀ ਜ਼ਿੰਦਗੀ ਸਾਰੀ ਦੁਨੀਆ ਕਹੀ ਜਾਏ ਕਿ ਸੰਤ ਕੋਈ ਨਹੀਂ ਹੁੰਦਾ, ਕਿਵੇਂ ਕਰਦੇ? ਉਹਨਾਂ ਦਾ ਹਿਰਦਾ ਨਹੀਂ ਮੰਨਦਾ। ਪਰ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ, ਜਿਨ੍ਹਾਂ ਨੂੰ ਟੱਕਰੀ ਪਖੰਡੀ ਨੇ, ਸੰਤ ਦੇ ਨਾਮ ਤੇ ਅਸੰਤ ਮਿਲੇ ਨੇ। ਇਸ ਕਰਕੇ ਜਦੋਂ ਸੰਤ ਦਾ ਜ਼ਿਕਰ ਆਉਂਦਾ ਨਾ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆਂ ਕਈ ਵਾਰੀ, ਉੱਥੇ ਪਖੰਡੀਆਂ ਦੀ ਲਿਸਟ ਬੜੀ ਲੰਬੀ ਹੈ ਤੇ ਉਹੀ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ। ਭਗਤ ਕਬੀਰ ਜੀ ਵਰਗਾ ਸੰਤ, ਭਗਤ ਰਵਿਦਾਸ ਜੀ ਵਰਗਾ ਸੰਤ, ਭਗਤ ਜੈਦੇਵ ਜੀ ਵਰਗੇ ਸੰਤ, ਕੀ ਭਾਈ ਕਨ੍ਹਈਆ ਜੀ ਨੂੰ ਆਪਾਂ ਸੰਤਾਂ ਦੀ ਗਿਣਤੀ 'ਚ ਨਹੀਂ ਰੱਖ ਸਕਦੇ? ਇਸ ਰੂਪ ਸਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਹੀਂ ਆਉਂਦੇ? ਕਿਉਂਕਿ ਸੁਰਤ ਜਿਹੜੀ ਹੈ ਨਾ, ਸੁਰਤ ਉਹ ਨੀਵੇਂ ਪਾਸੇ ਨੂੰ ਸ਼ੇਰ ਵਾਂਗੂ ਭੱਜ ਕੇ ਜਾਂਦੀ ਹੈ, ਉੱਪਰ ਨੂੰ ਥੋੜ੍ਹਾ ਜਿਹਾ ਔਖਾ ਹੋ ਕੇ ਲਿਜਾਣਾ ਪੈਂਦਾ। ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਧਿਆਨ ਦਿੰਦੇ ਹਾਂ। ਭਗਤ ਜੀ ਕਹਿੰਦੇ ਸੰਤ ਮਿਲੇ ਮਿਲ ਜਾਏ ਕੋਈ ਫਿਰ ਕੀ ਕਰੀਏ, ਸਵਾਲ ਜਵਾਬ ਕਰੀਏ, ਬਹਿਸ ਕਰੀਏ ਜਿਵੇਂ ਆਪਾਂ ਕਰਦੇ ਹਾਂ। ਜੋ ਅੱਜ ਸਾਡੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਹੀ ਬਣ ਗਿਆ, ਬਹਿਸ ਕਰਨੀ, ਕਿੰਤੂ ਕਰਨਾ। ਦੇਖੋ ਬਾਣੀ ਨੇ ਨਾ ਬੜੀ ਕਿਰਪਾ ਕੀਤੀ, ਬਹੁਤ ਮਹਾਨ ਬਖਸ਼ਿਸ਼ ਸਾਡੇ ਸਾਰਿਆਂ 'ਤੇ ਵਰਤਾਈ, ਕੋਈ ਭਰਮ ਰਹਿਣ ਨਹੀਂ ਦਿੱਤਾ। ਭਗਤ ਜੀ ਕਹਿੰਦੇ ਬੋਲੀ ਬਾਅਦ ਵਿੱਚ ਪਹਿਲਾਂ ਸੁਣ ਲਈ, ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਪਹਿਲਾਂ ਸੁਣ ਲਈ ਫਿਰ ਬੋਲ ਪਈ। ਆਪਾਂ ਸੁਣਦੇ ਤਾਂ ਹਾਂ ਹੀ ਨਹੀਂ, ਸਾਡੇ 'ਚ ਬੁਲਾਰੇ ਬਹੁਤੇ ਹੋ ਗਏ, ਸੁਣਨ ਵਾਲਾ ਕੋਈ ਕੋਈ ਹੈ, ਬੁਲਾਰੇ ਬਹੁਤੇ ਨੇ। ਹਰ ਬੰਦਾ ਹੀ ਪ੍ਰਚਾਰਕ ਹੈ, ਹਰ ਬੰਦਾ ਹੀ ਗਿਆਨੀ ਬਣ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਕਹਿੰਦੇ ਸੀ, ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਬੋਲੇ, ਕਹਿੰਦੇ ਪਰਮਾਤਮਾ ਨੇ ਅੱਖਾਂ ਦੋ ਦਿੱਤੀਆਂ, ਕੰਨ ਵੀ ਦੋ ਦਿੱਤੇ ਸੀ, ਹੱਥ ਵੀ ਦੋ ਦਿੱਤੇ ਸੀ, ਪੈਰ ਵੀ ਦੋ ਦਿੱਤੇ ਸੀ। ਜੇ ਬਹੁਤਾ ਬੋਲਣ ਨਾਲ ਹੀ ਕੰਮ ਬਣਦਾ ਤੇ ਫਿਰ ਜ਼ਬਾਨਾਂ ਵੀ ਉਹਨੇ ਦੋ ਲਾ ਦੇਣੀਆਂ ਸੀ, ਜ਼ਬਾਨ ਇੱਕੋ ਹੀ ਲਾਈ। ਕਹਿੰਦੇ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ, ਸੁਣੀ ਬਹੁਤਾ ਤੇ ਬੋਲੀ ਘੱਟ। ਆਪਾਂ ਬੋਲਣਾ ਬਹੁਤ ਸ਼ੁਰੂ ਕਰਤਾ ਗੁਰਮੁਖੋ, ਇੱਥੇ ਇਕੱਲੀ ਜ਼ਬਾਨ ਦੀ ਬੋਲੀ ਦੀ ਗੱਲ ਨਹੀਂ ਹੈ, ਮਾਈਕ ਦੇ ਵਿੱਚ ਤੇ ਦਾਸ ਇਕੱਲਾ ਹੀ ਬੋਲ ਰਿਹਾ, ਮਨ ਸਾਰਿਆਂ ਦੀ ਬੋਲ ਰਹੇ ਨੇ, ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮਾਈਕ ਦੇ ਵਿੱਚ ਤੇ ਸਿਰਫ ਮੇਰੀ ਆਵਾਜ਼ ਸੁਣਦੀ ਹੋਏਗੀ, ਪਰ ਮਨ ਦੀ ਬੋਲੀ ਗੁਰੂ ਨੂੰ ਸਭਨਾਂ ਦੀ ਸੁਣਦੀ ਹੈ, ਸਾਰਿਆਂ ਦੀ ਜਾਣਦੇ ਆ, ਸਾਰਿਆਂ ਦੀ ਬੋਲੀ ਸਾਰਿਆਂ ਦੀ ਭਾਸ਼ਾ ਸਮਝਦੇ ਹੈ, ਕਿਹੜਾ ਪ੍ਰੇਮ ਵਿੱਚ ਬੈਠਾ ਹੈ, ਕਿਹੜਾ ਨੇਮ ਵਿੱਚ ਬੈਠਾ ਹੈ ਤੇ ਕਿਹੜਾ ਤਰਕ ਦੀ ਬੁੱਧੀ ਲੈ ਕੇ ਬੈਠਾ ਹੈ, ਕਿਉਂਕਿ ਉਹਨੂੰ ਤਾਂ ਹੀ ਤੇ ਅੰਤਰਜਾਮੀ ਆਖਿਆ। ਸਾਰੇ ਪੜ੍ਹ ਲਿਓ ਪਿਆਰ ਦੇ ਨਾਲ, ਬਿਨ ਬੋਲਿਆ ਸਭ ਕਿਛ ਜਾਣਦਾ, ਬਿਨ ਬੋਲਿਆ ਸਭ ਕਿਛ ਜਾਣਦਾ, ਬੋਲਿਆ ਸਭ ਕਿਛ ਜਾਣਦਾ, ਬਿਨ ਬੋਲਿਆ ਸਭ ਕਿਛ ਜਾਣਦਾ। ਪੜੋ ਜੀ, ਬਿਨ ਬੋਲਿਆ ਸਭ ਕਿਛ ਜਾਣਦਾ, 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 ਬਿਨ ਬੋਲਿਆ ਸਭ ਕੁਛ ਜਾਣਦਾ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਤਾ ਅਰਦਾਸ, ਅੰਤਰਜਾਮੀ ਸੋ ਪ੍ਰਭ ਪੂਰਾ, ਦਾਨ ਦੇ ਸਾਧੂ ਕੀ ਧੂਰਾ, ਸੰਤ ਮਿਲੇ ਕਿਛ ਸੁਣੀਏ ਕਹੀਏ, ਪਹਿਲਾਂ ਸੁਣ ਤੇ ਫਿਰ ਕੁਝ ਕਹਿ। ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕੋਈ ਸਾਖਤ ਮਿਲ ਜਾਏ ਨਾ, ਗੁਰੂ ਨਾਲ ਤੋੜਨ ਵਾਲਾ ਮਿਲ ਜਾਏ, ਗੱਲਾਂ ਨਾਲ ਜੱਗ ਜਿੱਤਣ ਵਾਲਾ ਮਿਲ ਜਾਏ,
ਉੱਥੇ ਚੁੱਪ ਕਰ ਜੀ, ਉੱਥੇ ਮਸਤ ਹੋ ਜਾਈ। ਉੱਥੇ ਨਹੀਂ ਬੋਲਣ ਦਾ ਫਾਇਦਾ, ਕੋਈ ਲਾਭ, ਉੱਥੋਂ ਚੁੱਪ ਕਰਕੇ ਨਿਕਲ ਜਾਈ। ਸੰਤ ਮਿਲਿਆ ਕਿ ਸੁਣੀਆ ਕਹੀ ਹੈ, ਮਿਲਿਆ ਅਸੰਤ ਮਸਤ ਕਰ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ। ਕਿਉਂਕਿ ਰੱਬ ਦੇ ਪਿਆਰਿਆਂ ਦੇ ਨਾਲ ਬੋਲਣ ਦਾ ਜੇ ਤੇਰਾ ਸੁਭਾਅ ਬਣ ਗਿਆ ਤੇ ਤੇਰੀ ਪਰਉਪਕਾਰ ਦੀ ਬਿਰਤੀ ਬਣ ਜਾਏਗੀ। ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰਉਪਕਾਰੀ ਜੀਵਨ ਬਣ ਜੂ, ਪਰਉਪਕਾਰੀ ਸੁਭਾਅ ਬਣ ਜੂ। ਤੇ ਜੇ ਸਾਖਤ ਨਾਲ ਮੂਰਖ ਨਾਲ ਬੋਲੇਗਾ, ਜਿਵੇਂ ਪਾਣੀ ਨੂੰ ਰਿੜਕਿਆਂ ਕੁਝ ਨਹੀਂ ਮਿਲਦਾ, ਇੱਦਾਂ ਕੱਚੀਆਂ ਝੂਠੀਆਂ ਅਫਵਾਹਾਂ ਦੇ ਨਾਲ ਭਰੀਆਂ ਹੋਈਆਂ ਗੱਲਾਂ ਬਾਤਾਂ ਨੂੰ ਰਿੜਕਣ ਦੇ ਨਾਲ ਕੁਝ ਵੀ ਬੰਦੇ ਦੇ ਹੱਥ ਨਹੀਂ ਆਉਂਦਾ। ਹੁਣ ਧਿਆਨ ਦੇਣਾ, ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਕਹਿਣਾ ਕੀ ਚਾਹੁੰਦੇ ਨੇ? ਬਾਬਾ ਬੋਲਣਾ ਕਿਆ ਕਹੀਏ, ਮੈਂ ਕਿਹੋ ਜੇ ਬੋਲ ਬੋਲਾਂ। ਧਿਆਨ ਦੇਣਾ ਗੁਰਮੁਖੋ, ਇਹ ਬੋਲ ਕੇਵਲ ਥੋੜੇ ਦਾਇਰੇ ਤੱਕ ਸੀਮਤ ਨਹੀਂ। ਇਹ ਬੋਲ ਜਿਹੜੇ ਨੇ ਮਰਦੇ ਨਹੀਂ, ਬੋਲ ਸ਼ਬਦ ਜਿਹੜਾ ਹੈ ਨਾ ਉਹ ਘੁੰਮਦਾ ਰਹਿੰਦਾ ਹੈ ਸਾਡੇ ਆਲੇ ਦੁਆਲੇ। ਦੇਖੋ ਕਿੰਨੇ ਮਹੀਨੇ ਪਹਿਲਾਂ ਕਿਸੇ ਦੇ ਕੋਈ ਬੋਲ ਸੁਣੇ ਨੇ, ਜਦੋਂ ਨਿਤਨੇਮ ਕਰਦੇ ਹੋਗੇ ਗੂੰਜਦੇ ਨਾ ਕੰਨਾਂ ਵਿੱਚ ਕਈ ਵਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹੋ ਜੇ ਬੋਲ ਬੋਲ ਜਿਹੜੇ ਬੋਲ ਬੋਲਣ ਤੋਂ ਬਾਅਦ ਤੇਰਾ ਨਾਮ ਜਪਣ ਨੂੰ ਜੀ ਕਰਨ ਲੱਗ ਜੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਬੋਲ ਬੋਲਣ ਤੋਂ ਬਾਅਦ ਤੇਰਾ ਮਨ ਖਿੰਡ ਜੇ, ਤੇਰਾ ਮਨ ਸੰਸਿਆ ਨਾਲ ਭਰ ਜੇ, ਤੇਰੇ ਮਨ 'ਚ ਨਿੰਦਿਆ ਕਰਨ ਦੀ ਬਿਰਤੀ ਆ ਜੇ, ਜਿਹੜਾ ਥੋੜ੍ਹਾ ਬਹੁਤਾ ਨਿਤਨੇਮ ਕਰਦਾ ਸੀ ਉਹ ਵੀ ਛੱਡ ਦੇ, ਸਿਮਰਨ ਕਰਦਾ ਸੀ ਉਹ ਵੀ ਛੱਡ ਦੇ, ਕਿਉਂਕਿ ਬੋਲ ਪੈ ਗਏ ਕੰਨਾਂ ਵਿੱਚ। ਇਹ ਮਕੈਨੀਕਲ ਰੈਪੀਟੇਸ਼ਨ ਹੈ। ਸਿਮਰਨ ਕਰਨ ਦਾ ਲਾਭ ਕੀ ਹੈ? ਧਿਆਨ ਦੇਣਾ ਗੁਰਮੁਖੋ, ਇੱਕ ਬੇਨਤੀ ਦਾਸ ਰੁਕ ਕੇ ਕਰਨਾ ਚਾਹੁੰਦਾ ਹੈ। ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਤੀਰਥਾਂ ਦੇ ਉੱਤੇ ਬੈਠਾ ਹੋਇਆ ਪੰਡਿਤ ਜਾਤ ਦਾ ਪੜ੍ਹਿਆ ਲਿਖਿਆ ਬ੍ਰਾਹਮਣ ਜਿਹੜਾ ਸੀ, ਬ੍ਰਾਹਮਣ ਜਾਤ ਦਾ ਪੰਡਿਤ, ਕਿਉਂਕਿ ਜਾਤ ਬ੍ਰਾਹਮਣ ਹੈ, ਪੰਡਿਤ ਉਹਨੂੰ ਆਖਿਆ ਜਾਂਦਾ ਸੀ ਜਿਹੜਾ ਵੇਦਾਂ ਦਾ ਗਿਆਤਾ ਹੁੰਦਾ ਸੀ। ਜਦੋਂ ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਸੀ ਤੇ ਉਹ ਤੀਰਥ ਇਸ਼ਨਾਨੀਆਂ ਦੇ ਜਿਹਨ ਵਿੱਚ ਇੱਕ ਗੱਲ ਬਿਠਾ ਦਿੰਦਾ ਸੀ ਕਿ ਜਿੰਨੇ ਵੀ ਤੁਸੀਂ ਅੱਜ ਤੱਕ ਪਾਪ ਕੀਤੇ ਨੇ ਇਸ ਤੀਰਥ ਦੇ ਵਿੱਚ ਟੁੱਬੀ ਲਾ ਲਓ, ਤੁਹਾਡੇ ਸਾਰੇ ਪਾਪ ਉਤਰ ਜਾਣਗੇ। ਧਿਆਨ ਦੇਣਾ, ਤੇ ਬੰਦਾ ਪਤਾ ਕੀ ਕਰਦਾ ਸੀ, ਤੀਰਥ ਵਿੱਚ ਸਰੀਰ ਦਾ ਇਸ਼ਨਾਨ ਕਰਾਉਣਾ ਤੇ ਸੋਚ ਲੈਣਾ ਪਿਛਲੇ ਸਾਰੇ ਉਤਰ ਗਏ ਨੇ, ਹੁਣ ਅੱਗੋਂ ਨਵੇਂ ਸ਼ੁਰੂ ਕਰ ਦਈਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਉਤਰ ਗਏ, ਅੱਗੋਂ ਨਵੇਂ, ਕਿਹੜਾ ਔਖਾ ਕੰਮ ਹੈ, ਫਿਰ ਟੁੱਬੀ ਲਾ ਲਾਂਗੇ। ਉਹੀ ਪੰਡਿਤ ਦੀ ਸੋਚ ਅੱਜ ਗੁਰਦੁਆਰਿਆਂ ਵਿੱਚ ਆ ਕੇ ਕਥਾ ਕਰ ਰਹੀ ਹੈ। ਧਿਆਨ ਦੇਣਾ, ਉਹੀ ਪੰਡਿਤ ਦੀ ਸੋਚ ਅੱਜ ਗੁਰਦੁਆਰਿਆਂ ਵਿੱਚ ਕਥਾ ਕਰਨ ਲੱਗ ਪਈ ਤੇ ਕਹਿ ਰਹੀ ਹੈ, ਨਾਮ ਜਪਣ ਦੀ, ਬਾਣੀ ਪੜ੍ਹਨ ਦੀ ਵਾਰ ਵਾਰ ਕੀ ਲੋੜ ਹੈ ਅੰਮ੍ਰਿਤ ਵੇਲੇ ਜਾਗਣ ਦੀ, ਗਿਆਨ ਲੈ ਲਓ, ਗਿਆਨ ਸਾਰੇ ਪਾਪ ਉਤਰ ਜਾਣਗੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਇੱਕੋ ਹੀ ਹੈ, ਪੰਡਿਤ ਬੜਾ ਹੁਸ਼ਿਆਰ ਹੋ ਗਿਆ ਜੇ, ਹੁਣ ਬੜਾ ਤੇਜ਼ ਹੋ ਗਿਆ, ਉਹ ਫਿਲਾਸਫਰ ਬਣ ਗਿਆ ਹੁਣ, ਤੇ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਆ ਕੇ ਕਹਿ ਰਿਹਾ ਕਿ ਕੀ ਫਾਇਦਾ ਸਿਮਰਨ ਦਾ, ਨਾਮ ਜਪਣ ਦਾ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ, ਸਰੋਵਰਾਂ ਦੇ ਇਸ਼ਨਾਨ ਦਾ ਕੀ ਲਾਭ ਹੈ? ਗਿਆਨ ਇਕੱਠਾ ਕਰੋ, ਟੱਕਰਾਂ ਮਾਰੋ ਇੱਕ ਦੂਜੇ 'ਚ ਜਿਹੜੀਆਂ ਵੱਜ ਰਹੀਆਂ ਸਾਡੀ ਕੌਮ ਦੀਆਂ। ਸਮੁੱਚੀ ਬਾਣੀ ਇਹ ਕਹਿ ਰਹੀ ਹੈ ਕਿ ਗਿਆਨ ਲਾਭਕਾਰੀ ਹੈ, ਪਰ ਉਹਨਾਂ ਵਾਸਤੇ ਜਿਹੜੇ ਵਾਹਿਗੁਰੂ ਦੇ ਧਿਆਨ ਵਿੱਚ ਜੁੜ ਗਏ। ਜਿਹੜਾ ਗਿਆਨ ਤੁਹਾਨੂੰ
ਪਰਮਾਤਮਾ ਦੇ ਧਿਆਨ ਤੱਕ ਲੈ ਕੇ ਜਾਂਦਾ ਹੈ, ਉਹੀ ਗਿਆਨ ਤੁਹਾਡੇ ਵਾਸਤੇ ਸਾਰਥਕ ਹੈ। ਅਦਰਵਾਈਜ਼ ਜਿੰਨਾ ਵੀ ਤੁਸੀਂ ਗਿਆਨ ਇਕੱਠਾ ਕਰਦੇ ਹੋ, ਉਹ ਗਿਆਨ ਹੀ ਬੋਝ ਬਣ ਕੇ ਤੁਹਾਡੇ ਮੱਥੇ ਨੂੰ ਚੰਬੜ ਜਾਂਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ, ਬਾਬਾ ਬੋਲਣਾ ਕਿਆ ਕਹੀਏ, ਕੀ ਆਖਾਂ ਕੀ ਬੋਲਾਂ। ਕੱਲ ਵੀ ਬਚਨ ਆਇਆ ਸੀ ਸ਼ਾਇਦ ਦੀਵਾਨ ਵਿੱਚ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਪ੍ਰੇਮ ਦੀ ਬੋਲੀ ਬੋਲ, ਪ੍ਰੇਮ ਦੇ ਅੱਖਰ ਵਰਤ, ਜਿਨ੍ਹਾਂ ਨੂੰ ਬੋਲਣ ਤੋਂ ਬਾਅਦ ਤੇਰਾ ਜੀ ਕਰੇ ਕਿ ਮੈਂ ਅੱਜ ਨਿਤਨੇਮ ਵਧਾ ਦੇਣਾ ਹੈ, ਸਿਮਰਨ ਵਧਾ ਦੇਣਾ ਹੈ, ਸੇਵਾ ਵਧਾ ਦੇਣੀ ਹੈ, ਗੁਰੂ ਦੇ ਕੋਲ ਆਉਣਾ ਜਾਣਾ ਵਧਾ ਦੇਣਾ ਹੈ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰੱਬ ਰਹੀ ਹੈ। ਇੱਦਾਂ ਦੇ ਬੋਲ ਬੋਲ ਜਿਨ੍ਹਾਂ ਨੂੰ ਬੋਲਣ ਤੋਂ ਬਾਅਦ ਤੇਰੀ ਸੁਰਤ ਨਾਮ ਵਿੱਚ ਇੰਨੀ ਗੜੂੰਦ ਹੋ ਜਾਏ, ਇੰਨੀ ਭਿੱਜ ਜਾਏ, ਇੰਨੀ ਕੁ ਡੁੱਬ ਜਾਏ ਕਿ ਤੈਨੂੰ ਪਤਾ ਹੀ ਨਾ ਲੱਗੇ ਕਿ ਮੈਂ ਕਿੱਥੇ ਹਾਂ ਅਤੇ ਨਾਮ ਕਿੱਥੇ ਹੈ। ਨਾਮ ਹੀ ਸੁਣਾਈ ਦੇਵੇ, ਨਾਮ ਹੀ ਦਿਖਾਈ ਦੇਵੇ, ਤੇਰੀ ਅਵਸਥਾ ਇਹ ਬਣ ਜੇ। ਸਾਰੇ ਪੜਿਓ ਜੀ ਪਿਆਰ ਨਾਲ, ਆਖਾ ਜੀ ਮਾਂ
ਪ੍ਰਾਣਾ ਚ ਵੀ ਚਲਾ ਗਿਆ, ਪ੍ਰਾਣਾ ਚ, ਕਿਉਂਕਿ ਬੰਦਾ ਮਰਦਾ ਤੇ ਉਹਦੀਆਂ ਜਦੋਂ ਪ੍ਰਾਣ ਨਿਕਲ ਜਾਣ ਪ੍ਰਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਜੀ ਨਹੀਂ ਸਕਦਾ ਕਿਤੇ ਪ੍ਰਾਣ ਨਾ ਨਿਕਲ ਜਾਣ। ਪ੍ਰਾਣਾ ਤੱਕ ਨਾਮ ਪਹੁੰਚ ਗਿਆ, ਇੰਨਾ ਰਮ ਗਿਆ, ਰਮ ਰਮ ਸ਼ਬਦ। ਬੜੀਆਂ ਸੰਗਤਾਂ ਨੂੰ ਯਾਦ ਹੋਏਗਾ ਜਿਹੜੇ ਖੇਤੀ ਕਰਨ ਵਾਲੇ ਵੀਰ ਨੇ, ਇੰਡੀਆ 'ਚ ਖੇਤੀ ਕਰਦੇ ਹੋਣਗੇ ਪੰਜਾਬ ਦੀ ਧਰਤੀ 'ਤੇ। ਪਹਿਲਾਂ ਪਹਿਲਾਂ ਇਹ ਗੱਲ ਚੱਲਦੀ ਹੁੰਦੀ ਸੀ, ਕੋਈ ਨਵਾਂ ਟਰੈਕਟਰ ਲੈ ਕੇ ਆਉਂਦਾ ਸੀ ਨਾ, ਉਹ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਉਹਨੂੰ ਚਲਾਉਣਾ। ਪੁੱਛਣਾ ਭਾਈ ਕਿਉਂ ਕਰਦਾ ਇਹ ਕੰਮ, ਉਹ ਕਹਿੰਦਾ ਮੈਂ ਇਹਦੇ ਘੰਟੇ ਪੂਰੇ ਕਰਦਾ, ਘੰਟੇ ਤਾਂ ਕਿ ਇਹਦਾ ਨਵਾਂ ਇੰਜਣ ਜਿਹੜਾ ਨਾ ਰਮ ਜੇ ਰਮ। ਸਮਝ ਬੇਨਤੀ, ਆਹ ਜਦੋਂ ਅਸੀਂ ਸਾਜ ਨਵੇਂ ਖਰੀਦਦੇ ਹਾਂ ਨਾ, ਕਈ ਕਈ ਮਹੀਨੇ ਲੱਗ ਜਾਂਦੇ ਆ, ਇਹ ਰਮੇ ਹੋ ਜਾਂਦੇ, ਫਿਰ ਰਮੇ ਹੱਥ ਚੜ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਨਾਮ ਹੈ ਨਾ, ਸਿਮਰਨ ਹੈ,
ਉਹ ਬਿਨਾਂ ਯਤਨ ਤੋਂ ਸਾਡੇ ਨਾਲ ਨਾਲ ਚੱਲਣ ਲੱਗ ਪਏ ਨਾਲ ਨਾਲ। ਭਗਤ ਕਬੀਰ ਜੀ ਕਹਿੰਦੇ ਏਦਾਂ ਦੀ ਬੋਲੀ ਬੋਲਣੀ ਸਿੱਖ ਜਿਹਦੇ ਬੋਲਣ ਤੋਂ ਬਾਅਦ ਜਦੋਂ ਤੂੰ ਚੁੱਪ ਕਰਕੇ ਬੈਠੇ ਤੈਨੂੰ ਪਤਾ ਹੀ ਨਾ ਲੱਗੇ ਕਿ ਵਾਹਿਗੁਰੂ ਦੀ ਆਵਾਜ਼ ਕਿੱਥੋਂ ਆ ਰਹੀ ਹੈ, ਤੇਰੇ ਕੰਨਾਂ 'ਚ ਕੋਈ ਆਵਾਜ਼ ਗੂੰਜਣ ਲੱਗ ਜਾਏ। ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਰਮ ਗਿਆ ਨਾਮ ਯਾਦਾਂ 'ਚ ਫੁਰਨਿਆਂ 'ਚ ਅਹਿਸਾਸਾਂ 'ਚ ਮਨ ਦੀਆਂ ਤਰੰਗਾਂ 'ਚ ਬਲਬਲਿਆਂ 'ਚ ਨਾਮ ਰਮ ਗਿਆ, ਫਿਰ ਹੀ ਗੱਲ ਬਣਦੀ ਹੈ। ਉਠਤ ਬੈਠਤ ਤੀਜੀ ਅਵਸਥਾ ਕਿਹੜੀ ਹੈ? ਸੋਵਤ ਨਾ ਸੋਵਤ। ਦੋ ਨੂੰ ਤੇ ਦੁਨੀਆਂ ਮੰਨ ਲਏਗੀ ਪਰ ਤੀਜੇ ਨੂੰ ਕੌਣ ਮੰਨੇਗਾ? ਸੁੱਤਿਆਂ ਪਿਆ ਵੀ ਨਾਮ ਚੱਲਦਾ ਹੈ, ਸੁੱਤਿਆਂ ਪਿਆ ਵੀ। ਬਾਣੀ ਨੂੰ ਰਿਜੈਕਟ ਕਰ ਸਕਦੇ ਹਾਂ ਆਪਾਂ? ਸੌਣ ਤੋਂ ਬਾਅਦ ਵੀ ਸਿਮਰਨ ਦਾ ਚੱਲਣਾ। ਰਾਤ ਹੀ ਵਿਚਾਰ ਹੋ ਰਹੀ ਸੀ ਕਿਸੇ ਗੁਰਮੁਖ ਪਿਆਰੇ ਦੇ ਨਾਲ, ਨਾਮ ਦੀ ਗੱਲ, ਸਿਮਰਨ ਦੀ ਗੱਲ, ਸੁਰਤ ਦੀ ਗੱਲ ਕਰਨ ਵਾਲਾ ਕੋਈ ਵਿਰਲਾ ਵਿਰਲਾ ਮਿਲਦਾ ਹੈ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਹਰ ਜਨ ਐਸਾ ਚਾਹੀਏ, ਐਸਾ ਜੈਸਾ ਹਰ ਹੀ ਜਨ ਲਾਗਾ ਹਰ ਇੱਕ ਹੈ ਨਾਏ, ਤਾਂ ਕਿ ਆਸ ਨਾ ਬਿਰਥੀ ਜਾਏ। ਹਰ ਜਨ ਐਸਾ ਚਾਹੀਦਾ ਜੈਸਾ ਹਰ ਹੀ ਹੋਏ। ਭਗਤ ਕਬੀਰ ਜੀ ਕਹਿੰਦੇ ਬਹੁਤਾ ਨਾ ਬੋਲਿਆ ਕਰ, ਸੁਣਿਆ ਕਰ ਬਹੁਤਾ, ਬੋਲਿਆ ਥੋੜਾ ਕਰ, ਥੋੜਾ ਬੋਲਿਆ ਕਰ। ਬੋਲਤ ਬੋਲਤ ਬੜੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹਿੰਦੇ ਬੋਲਦਿਆਂ 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 ਜਦੋਂ ਹੋਛਾ ਬੋਲਣਾ ਕਰ ਦਿੰਦਾ ਨਾ ਸ਼ੁਰੂ, ਫਿਰ ਵਿਕਾਰ ਵਧਣ ਲੱਗ ਜਾਂਦੇ ਆ, ਮਨ ਦੇ ਵਿੱਚ ਹਿਲਜੁਲ ਸ਼ੁਰੂ ਹੋ ਜਾਂਦੀ ਹੈ। ਪਰ ਸੱਚੇ ਬੋਲ ਬੋਲਣੇ ਗੁਰਮੁਖਾਂ ਨਾਲ, ਗੁਰਸਿੱਖਾਂ ਨਾਲ, ਸਿੱਖੀ ਸਿੱਖਿਆ ਗੁਰ ਵਿਚਾਰ ਇੱਥੋਂ ਤੱਕ ਬੋਲਣਾ ਹੈ। ਇੱਕ ਬੇਨਤੀ ਹੋਰ ਸਮਝ ਲਿਓ, ਕਈ ਮੇਰੇ ਗੁਰਮੁਖ ਪਿਆਰੇ ਵੀਰ ਇਹ ਅਰਥ ਕਰ ਦਿੰਦੇ ਨੇ ਇਸ ਪੰਕਤੀ ਨੂੰ ਪੜ੍ਹ ਕੇ, ਕਿਉਂਕਿ ਜਿਹੜੀ ਪੰਕਤੀ ਆਪਾਂ ਨੂੰ ਪਸੰਦ ਹੁੰਦੀ, ਆਪਣੇ ਠੀਕ ਫਿੱਟ ਬੈਠਦੀ, ਆਪਾਂ ਉਹ ਯਾਦ ਕਰ ਲੈਂਦੇ ਹਾਂ, ਦੂਜੀ ਨੂੰ ਛੱਡ ਦਿੰਦੇ ਹਾਂ, ਬਸ ਆਪਣਾ ਕੰਮ ਸਰ ਗਿਆ। ਕਹਿੰਦੇ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਸਿੱਖਦਾ ਹੈ, ਕੋਈ ਅਤ ਕਥਨੀ ਨਹੀਂ ਹੈ, ਸਿੱਖ ਸਦਾ ਹੀ ਸਿੱਖਦਾ ਹੈ। ਪਰ ਸਿੱਖੀ ਨੂੰ ਇਸ ਦਾਇਰੇ ਵਿੱਚ ਨਾ ਰੱਖੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਨੂੰ ਸਿੱਖ ਲਿਆ, ਸਿੱਖੀ ਨੂੰ ਸਿੱਖ ਲਿਆ, ਸਿੱਖਦਿਆਂ ਨੂੰ ਸਾਡਾ ਜਨਮ ਲੰਘ ਚੱਲਿਆ, ਸਿੱਖੇ ਹਾਂ ਆਪਾਂ, ਸਾਰਾ ਕੁਝ ਪਤਾ ਸਾਨੂੰ, ਸਾਰਾ ਕੁਝ ਵਿਚਾਰਾਂ ਵੀ ਬੜੀਆਂ ਕੀਤੀਆਂ, ਬੜੀਆਂ ਸੁਣ ਲਈਆਂ। ਦੇਖੋ ਸਾਡੇ ਨੈੱਟ 'ਤੇ ਸਾਰਾ ਦਿਨ ਕੀਰਤਨ ਚੱਲਦਾ ਹੈ, ਸਾਰਾ ਦਿਨ ਕਥਾ ਚੱਲਦੀ, ਟੀਵੀ 'ਤੇ ਸਾਰਾ ਦਿਨ ਬਾਣੀ ਦੀਆਂ ਵਿਚਾਰਾਂ ਹੁੰਦੀਆਂ ਨੇ, ਪਰ ਭਵਜਲ ਵਿੱਚ ਗੋਤੇ ਕਿਉਂ ਖਾ ਰਹੇ ਹਾਂ, ਕਿਉਂ ਖਾ ਰਹੇ ਹਾਂ? ਕਿਉਂਕਿ ਅਗਲੀ ਪੰਕਤੀ ਵੱਲ ਧਿਆਨ ਨਹੀਂ ਦਿੱਤਾ। ਅਗਲੀ ਪੰਕਤੀ ਕੀ ਕਹਿੰਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਪਰ ਪਾਰ ਕੌਣ ਹੋਏਗਾ? ਨਦਰੀ ਕਰਮ ਲੰਘਾਏ ਪਾਰ, ਪਾਰ ਉਹੀ ਉਤਰਨਗੇ ਜਿਨ੍ਹਾਂ 'ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਿਗਾਹ ਹੋ ਜਾਏਗੀ ਨਿਗਾਹ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੀ ਨਿਗਾਹ ਤੋਂ ਬਿਨਾਂ ਨਹੀਂ ਤਰਿਆ ਜਾਣਾ। ਭੁਲੇਖੇ ਕੱਢ ਦਿਓ ਮਨ 'ਚੋਂ ਕਿ ਇਕੱਲੀਆਂ ਗੱਲਾਂ ਬਾਤਾਂ ਕਰਨ ਸੁਣਨ ਨਾਲ, ਗਿਆਨ ਘੋਟਣ ਦੇ ਨਾਲ ਗੱਲ ਬਣ ਜੂਗੀ, ਗੁਰੂ ਦੀ ਨਜ਼ਰ ਤੋਂ ਬਿਨਾਂ। ਬਾਣੀ ਕਹਿ ਰਹੀ ਹੈ, ਦਾਸ ਨਹੀਂ ਕਹਿ ਰਿਹਾ, ਅਰਥ ਤੁਸੀਂ ਪੜ੍ਹ ਹੀ ਰਹੇ, ਬਹੁਤੇ ਤੇ ਨਾਲ ਨਾਲ ਪੜ੍ਹਦੇ ਨੇ, ਪਰ ਘਰ ਜਾ ਕੇ ਪੜ੍ਹਿਆ ਕਰੋ, ਕਿਉਂਕਿ ਕਈ ਥਾਵਾਂ ਇੱਦਾਂ ਦੀਆਂ ਹੁੰਦੀਆਂ ਜਿੱਥੇ ਹੌਸਪੀਟਲ ਦੇ ਵਿੱਚ ਦਵਾਈ ਮਿਲਦੀ ਹੈ, ਕਿਤੇ ਚੈੱਕਅਪ ਹੁੰਦਾ ਹੈ, ਓਪਰੇਸ਼ਨ ਥੀਏਟਰ ਵੱਖ ਹੁੰਦਾ ਹੈ, ਨਾਲ ਨਾਲ ਨਾ ਓਪਰੇਸ਼ਨ ਕਰਿਆ ਕਰੋ, ਇੱਕ ਕੰਮ ਕਰਿਆ ਕਰੋ, ਸੁਣਿਆ ਕਰੋ, ਇਹ ਰਿਕਾਰਡਿੰਗ ਹੁੰਦੀ ਸਾਰੀ ਯੂਟਿਊਬ 'ਤੇ ਪੈ ਜਾਂਦਾ ਰਾਤ ਨੂੰ ਜਵਾਨ, ਫਿਰ ਜਾ ਕੇ ਵਿਚਾਰਿਆ ਕਰੋ, ਵਿਚਾਰਨਾ ਚਾਹੀਦਾ ਹੈ, ਕਿਉਂਕਿ ਸੁਰਤ ਗੁਰੂ ਪਾਤਸ਼ਾਹ ਜੀ ਪਤਾ ਨਹੀਂ ਕਿੱਥੋਂ ਤੱਕ ਲੈ ਜਾਣ ਕਿਸੇ ਦੀ ਉਡਾ ਕੇ।
ਇਹ ਬੁੱਲਾ ਯੈਕ ਆਉਂਦਾ ਤੇ ਪਤਾ ਨਹੀਂ ਅਰਸ਼ ਤੋਂ ਫਰਸ਼ ਤੱਕ ਕਦੋਂ ਲੈ ਜਾਂਦਾ ਹੈ। ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣਾ, ਬਾਬਾ ਜੀ ਕਹਿੰਦੇ ਬੋਲਤ ਬੋਲਤ ਵੱਡੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਜਿਹੜਾ ਦਿਨ ਰਾਤ ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਇੱਕ ਬੇਨਤੀ ਹੋਰ ਕਰਦੇ ਹਾਂ, ਮੈਂ ਵੀ ਕਈ ਵਾਰੀ ਦਾਵਾ ਕਰਦਾ, ਬੜੇ ਪ੍ਰਚਾਰਕ ਦਾਵਾ ਕਰਦੇ ਜਿਹੜੇ ਤੁਹਾਡੇ ਫੇਵਰੇਟ ਹੋਣਗੇ, ਤੁਸੀਂ ਵੀ ਕਹਿੰਦੋਗੇ ਜੀ ਫਲਾਣਾ ਬੰਦਾ ਤੇ ਬੜਾ ਬੇਬਾਕ ਬੋਲਦਾ ਹੈ। ਬੋਲੋ ਜੀ ਵਾਹਿਗੁਰੂ। ਬੇਬਾਕ ਬੋਲਦਾ ਹੈ, ਖੁੱਲ ਕੇ ਬੋਲਦਾ ਹੈ। ਕਈ ਕਹਿੰਦੇ ਜੀ ਬੜਾ ਨਿਧੜਕ ਹੋ ਕੇ ਬੋਲਦਾ, ਨਿਧੜਕ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਵੇਕ ਸ਼ਬਦ ਤੇ ਆਇਆ, ਵਿਵੇਕ ਵਿਵੇਕ ਵਿਚਾਰ ਤੇ ਆਈ ਹੈ। ਕੋਈ ਮਹਾਂਪੁਰਖ ਨਹੀਂ ਛੱਡਣਾ ਆਪਾਂ ਨਿੰਦਿਆ ਤੋਂ ਬਿਨਾਂ, ਕੋਈ ਗੁਰੂ ਦਾ ਸਥਾਨ ਨਹੀਂ ਛੱਡਣਾ ਨਿੰਦਿਆ ਤੋਂ ਬਿਨਾਂ, ਕੋਈ ਨਿਤਨੇਮ ਕਰਨ ਵਾਲਾ ਸਿੰਘ ਨਹੀਂ ਛੱਡਣਾ, ਕੋਈ ਸਿਮਰਨ ਕਰਨ ਵਾਲਾ ਸਿੰਘ ਨਹੀਂ ਛੱਡਣਾ। 40-50 ਮਿੰਟ ਕਰਕੇ ਸਾਰਿਆਂ ਦੀ ਨਿੰਦਿਆ ਤੇ ਬਾਅਦ 'ਚ ਫਿਰ ਕਹਿ ਦੇਣਾ ਗੁਰੂ ਰੂਪ ਸਾਧ ਸੰਗਤ ਜੀ ਹੁਣ ਮੈਂ ਫਤਿਹ ਬੁਲਾਉਣ ਲੱਗਾ। ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਲਪੇਟ ਸਾਰਿਆਂ ਨੂੰ ਦਿੱਤਾ ਵਿੱਚ ਤੇ ਬਾਅਦ 'ਚ ਕਹਿਤਾ ਗੁਰੂ ਰੂਪ ਸਾਧ ਸੰਗਤ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੋਚਦੇ ਹੋਣਗੇ ਤੇ ਮਨ 'ਚ ਕੀ ਹੈ ਤੇ ਮੁੱਖ 'ਚ ਕੀ ਹੈ। ਜੋ ਇਹਦੇ ਮੁੱਖ 'ਚ ਹੈ ਉਹਦੇ ਮਨ 'ਚ ਨਹੀਂ, ਤੇ ਜੋ ਇਹਦੇ ਮਨ 'ਚ ਹੈ ਉਹ ਮੁੱਖ 'ਚ ਨਹੀਂ। ਇਸ ਕਰਕੇ ਪ੍ਰਵਾਨ ਨਹੀਂ ਰੱਦ ਕੀਤਾ ਗਿਆ, ਰੱਦ ਕਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਤੇ ਉਹੀ ਪ੍ਰਵਾਨੇ ਜਾਣਗੇ ਜਿਹੜੇ ਸਾਧ ਸੰਗਤ ਨੂੰ ਸੱਚ ਮੁੱਚ ਰੱਬ ਮੰਨ ਕੇ ਉਹਨਾਂ ਨਾਲ ਗੱਲ ਕਰਨਗੇ। ਸੱਚਮੁੱਚ ਰੱਬ ਮੰਨ ਕੇ ਗੱਲ ਕਰੋ, ਭਾਵੇਂ ਕੋਈ ਨਿਤਨੇਮੀ ਹੈ, ਭਾਵੇਂ ਕੋਈ ਘੱਟ ਬਾਣੀ ਪੜ੍ਹਨ ਵਾਲਾ ਹੈ, ਭਾਵੇਂ ਕੋਈ ਕੇਸਾਂ ਤੋਂ ਖਾਲੀ ਹੈ, ਭਾਵੇਂ ਕੋਈ ਸਿੱਖੀ ਤੋਂ ਦੂਰ ਬੈਠਾ, ਭਾਵੇਂ ਕੋਈ ਨੇੜੇ। ਗੁਰੂ ਸਾਹਿਬ ਨੇ ਸਾਰਿਆਂ ਦੀ ਗੱਲ ਕੀਤੀ ਹੈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੈ ਕੋ ਦਾਤ ਜਾਣਾ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸੱਜਣਾ ਸਾਰੇ ਹੀ ਉਹਨੂੰ ਚੇਤਾ ਕਰਦੇ ਨੇ ਕਿਸੇ ਦੀ ਨਿੰਦਿਆ ਨਾ ਕਰ, ਬਸ ਆਪਣਾ ਆਪਾ ਇਹੋ ਜਿਹਾ ਬਣਾ ਲੈ, ਇਹੋ ਜਿਹਾ ਸਾਰੇ ਪੜਿਓ ਪਿਆਰ ਦੇ ਨਾਲ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ।
बाबा बोलना क्या कहिए, जैसे राम नाम रव रही है। गुरु नानक साहब सच्चे पातशाह जी की समझा रहे ने, जित बोलिया पत पाई है सो बोलिया प्रवान, फिक्का बोल भी गुजना सुन मूर्ख मन अजान। फिक्का बोल बोल के खुआर ही हुई दा है, तंग ही हुई दा है। फिक्का बोल बड़ी वड्डी जीवन दे विच हिलजुल पैदा कर जांदा है। सजना जे तू नाम दा अभ्यास करना है, बंदगी दा राह चुनना है, सिमरन दा पक्ष लेना है, ते भुल के भी फिक्का ना बोली। गुरु नानक साहब सच्चे पातशाह जी हर रोज अमृत वेले तेरे घर आ के तेनू कह दिंदे ने, नानक फिक्का बोलिया तन मन फिक्का होए, फिक्को फिक्का सदी है, फिक्के फिक्की सोई, फिक्का दरगह सटी है, मुथुका फिक्के पाए, फिक्का मूर्ख आखी है पाणा लह सजाई। समा नहीं कि आप विस्तार विच जाके होर विचार करिए। सतगुरु सच्चे पातशाह जी कहंदे फिक्का बोल विगुचना सुन मूर्ख मन अजान, हे मूर्ख अनजान अग्ञानी बना क्यों फिक्के बोल बोलता है, क्यों इन्ना फिक्कापन खिलार दिता सारे समाज दे विच, सारे समाज दे विच इन्ना फिक्कापन। सिख सिख तो मूंह फिर गया, फतेह दियां सांझां मुक गईयां, मत्थे दे खेड़े मुक गए, बाहां दे कलावे ढिले पै गए, मत्थे ते त्योड़ियां पै गईयां। पाईयां किन्ने आज जिहड़े स्टेज ते बैठ के मेरे वर्गे प्रचारक जोड़न दा काम करन आउंदे ने, उहनां ने पा दित्तियां। सारी संगत बोलो सतनाम श्री वाहिगुरु। आए सी इकट्ठा करन खिलार के जले गए सारा कुछ, आए सी मिलाउण विछोड़ के जले गए, सिख सिख तो दूर हो गया। विचारक मत भेद इन्ने वध गए, हर बंदा एक दूजे नाल बहस ही कर रहा है, जिवें साडी कौम नूं होर काम ही नहीं कोई हैगा। हर बंदा बोली जा रहा है ते फिर कहिंदा कि हर बंदे नूं फ्रीडम ऑफ स्पीच आजादी है बोलण दी, ये मिली कित्थों गुरमुखा? किन्ने कहता आजादी है बोलण दी, कित्थों आ गए बोल है कि आजादी है हर बंदे नूं बोलण दी? गुरु ने तो दित्ती नहीं, किन्ने दित्ती आजादी? हाँ गुरु ने एक आजादी दित्ती सी, बस उस तो अगे फुल स्टॉप लाता सी भी इस दायरे चो तू बाहर नहीं जाना, बस तेनू मैं एक आजादी देना इस विषय ते, इस टॉपिक ते बोल, जिन्ना मर्जी बोल, 24 घंटे बोल, सारी उम्र बोल, इस दायरे तो बाहर नहीं जाना। किहड़ी आजादी? सारे पढ़ लिओ एक वारी प्यार नाल। सत संगत कैसी जानिए, सत संगत कैसी जानिए, सत संगत कैसी जानिए, सत संगत कैसी जानिए। जिथे को नाम मुखाणिए, सतसंगत कैसी जानिए, सतसंगत कैसी जानिए, जिथे को नाम मुखाणिए, जिथे को सतसंगत कैसी जानिए, सतसंगत कैसी जानिए। जिथे को नाम बखाणिए,
संगत कैसी जानिए, सत संगत कैसी जानिए, सत संगत कैसी जानिए, सत संगत कैसी जानिए। सत संगत कैसी जानी है, जिथे एको नाम बखानी है, एको नाम हुक्म है, नानक सतगुरु दीया बुझाई जी। हुण सिमरन करन वालियां दी आजादी ते पाबंदियां ने, ते निंदा करन वालियां नूं वड्डे फिलोसफर, वड्डे विद्वान, वड्डे कौम दे नतड़क, बुलंद खुले खुले प्रचारक ऐलान के पता नहीं की नाम दे के आपां अपने ही सिख समाज के जीवन में कुड़त्तन भरन का काम कर रहे हैं। गुरु को बाज आ जाइए, रुक जाइए, गुरु नूं पुछ लईए, अपने हिरदे नूं पुछ लईए कि ये गल्लां सुन के लिव लग गई, बाणी नाल प्यार जाग गया। जे बोलन की आजादी की गल करदे हो तो मस्सा रंगड़ भी तो बोल ही रहा सी हरिमंदर साहब के अंदर, फिर तो उन्हूं भी आजादी होनी चाहिए सी। सिंघां ने टंगिया सी ना सिर वढ़ के वरछे दे उत्ते, इत्थे नहीं आजादी, यह हरिमंदर साहब कला कीर्तन वास्ते है, गुरु का दरबार बाणी पढ़न वास्ते है, इतिहास की विचार करन वास्ते है, तेरिया सफाइया वास्ते नहीं कि तू अपनी सफाइया पेश करी जा सारी उम्र। यह सफाइया देने वास्ते समागम होंदे गुरु गुरु महाराज ते कहंदे ने कि मैं अपनी सफाई एको बारी देती बस। भगत कबीर जी कहते मेरी सफाई पुछना चाहते हो, लो लै लो एको बारी, रोज रोज ना पुछो मैनू। कबीर सब ते हम बुरे, हम तज भलो सब कोए, जिन ऐसा कर बुझिया मीत हमारा सुने। देखो गुरु साहब ने सफाई देती, भगतां ने देती, भाई गुरदास ने देती, गल अपने औगणा की कीती। इत्थे हर बंदा इसे गल का ही दावा करी जाता कि मैं सिखी का ठेकेदार हाँ, मैं सफाई दिना, मैं आ कीता, मैं आ कीता। इधर नूं कहानी चली गई गुरु, बेशक अज दा विशा नहीं सी, पर चुप रहा तां कुछ ना बचदा है, कुछ बोलां तां भांबड़ मचदा है। अवस्था ये बन गई साडी कौम दी, जे कुछ बोलीए ना ते भरम भुलेखे मिटदे नहीं, ते जे बोलदे आ ते रस जरूर खराब हुंदा, ना गल्लां नाल जुड़ियां हुईयां आत्मावां नूं रस नहीं आउंदा, सुरत नूं रस नहीं आउंदा। चलो गुरु पातशाह जी कृपा करन, कल का एक समागम हो रहा, आप अंदरों रस मानन का यतन करांगे। महाराज सच्चे पातशाह जी कहंदे फिक्का बोल विगुचना सुन मूर्ख मन अजान, हे मूर्ख मना अग्ञानी मना अनजान मना, फिक्का बोल ना बोल ये तेरे जीवन नूं खुवार करके रख देगा। आओ सतगुरु सच्चे पातशाह जी कृपा करन, साडे सुभाव विच साडे बोलां विच रस आ जाए, मिठास भर जाए। इतनिया बेनतियां प्रवान सारे बोलो जी। राम कली महला तीजा, आनंद एक ओंकार, सतगुरु प्रसाद आनंद भया मेरी माए, सतगुरु मैं पाया, सतगुरु ता पाया सहज सेती, मन बचिया बधाइया, राग रतन परवार परिया शब्द गावन आईया, शब्दों ता गावो हरी केरा मन जनी वसाया, कह नानक आनंद हुआ सतगुरु मैं पाया, हे मन मेरिया तू सदा रहो हर नाले, नाल रहो मन मेरे तू सब सारना, अंगीकार हो करे तेरा कार्य सब सवारना, सब नाक ना समरथ स्वामी सो क्यों मनो विसारे, कहे नानक मन मेरे सदा रहो हर नाले, साचे साहे का क्या नहीं घर तेरे, करना तेरा सब कुछ है जिस दे हे सो पावे, सदा सुख सदा तेरी नाम मन सावे, नाम जिनके मन बसिया वाजे शब्द कनेरे, कह
ਤੇ ਸਾਧੂ ਪਿਆਰ ਨਹੀਂ ਕਰਦੇ ਰਹਿ ਸੱਚ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਹਰ ਸਾਧ ਸੁਖਮਨ ਆਈ ਸੀ ਅੱਜ ਨਿਸ਼ਾ ਸਭ ਤੋਂ ਜਾਈਆ ਸਾਗਰਵਾਨ ਸਾਗਰ ਵਿੱਚੋਂ ਜਿਸਨੇ ਆਏ ਵਡਿਆਈਆ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਨਿਰਧਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਧਾਰਿਆ ਪੰਜ ਦੂਤ ਦੁਰਵਾਸ ਕੀਤੇ ਕਾਲ ਕੰਠ ਵਾਰਿਆ ਕਰ ਪਾਇਆ ਤਿਸ ਜਿਨ ਕੋ ਸੇ ਨਾਮ ਹਰ ਕੈ ਧਾਕੇ ਜੈ ਨਾਨਕ ਤੈ ਸੁਖ ਹੋਆ ਤਿਸ ਘਰ ਅਨਹਦ ਵਾਜੇ ਸੁਣੋ ਮਤ ਸਾਖੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਭਏ ਸਰਸੇ ਪੂਰੇ ਗੁਰ ਤੇ ਜਾਣੀ ਦੇਵ ਨਿਧ ਕਾ ਦੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸੋਗ ਪਾਵਣ ਗੁਰੂ ਪਾਣੀ ਪਿਤਾ ਵਾਲਾ ਧਰਮ ਰਾਤ ਕੋਈ ਦਾਈ ਦਾਇਆ ਕਿਲੈ ਸਗਲ ਜਗਤ ਆਇਆ ਬੁਰਿਆਇਆ ਵਾਚੈ ਸਰਮੂਨ ਕਰਮੀ ਆਪੋ ਆਪਣੀ ਜੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਪ੍ਰੇਮ ਸਕਟ ਘਾਲ ਨਾਨਕ ਦੇ ਮੁਖੀ ਉਠਲੇ ਕੀਤੀ ਛੁਰੀ ਕੀਤੀ ਛੁੱਟੀ ਨਾ